ਅੱਜ ਜਿਸ ਗੁਰਦੁਆਰਾ ਸਾਹਿਬ ਦੇ ਅਸੀਂ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ, ਇਸ ਪਾਵਨ ਪਵਿੱਤਰ ਅਸਥਾਨ ਦੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਬਹੁਤ ਗੂੜਾ ਰਿਸ਼ਤਾ ਰਿਹਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਪਨ ਦੀਆਂ ਨਿਸ਼ਾਨੀਆਂ ਅੱਜ ਵੀ ਇਸ ਪਾਵਨ ਪਵਿੱਤਰ ਅਸਥਾਨ ਤੇ ਸਾਂਭ ਕੇ ਰੱਖੀਆਂ ਹੋਈਆਂ ਹਨ। ਜਿਸ ਪਲੰਘ ਤੇ ਸਤਿਗੁਰ ਜੀ ਆਰਾਮ ਕਰਦੇ ਸਨ, ਉਹ ਪਲੰਘ ਅੱਜ ਵੀ ਉਸੇ ਤਰ੍ਹਾਂ ਹੈ। ਪਰ ਅਫਸੋਸ ਦੀ ਗੱਲ ਇਹ ਹੈ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਜੁੜਿਆ ਹੋਇਆ ਇੰਨਾ ਪਾਵਨ ਪਵਿੱਤਰ ਅਸਥਾਨ, ਸਿੱਖ ਕੌਮ ਨੂੰ ਇਸ ਅਸਥਾਨ ਬਾਰੇ ਬਹੁਤ ਘੱਟ ਜਾਣਕਾਰੀ ਹੈ। ਬਹੁਤ ਹੀ ਘੱਟ ਸੰਗਤਾਂ ਨੇ ਇਸ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਕੀਤੇ ਹੋਣੇ ਆ। ਆਓ ਅੱਜ ਤੁਹਾਨੂੰ ਇਸ ਅਸਥਾਨ ਦੇ ਦਰਸ਼ਨ ਕਰਾਉਂਦੇ ਹਾਂ ਤੇ ਸਤਿਗੁਰ ਜੀ ਦੀਆਂ ਪਾਵਨ ਪਵਿੱਤਰ ਨਿਸ਼ਾਨੀਆਂ ਦੇ ਵੀ ਦਰਸ਼ਨ ਕਰਾਉਂਦੇ ਹਾਂ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹੋਰ ਸੰਗਤਾਂ ਵੀ ਇਸ ਅਸਥਾਨ ਦੇ ਦਰਸ਼ਨ ਕਰ ਸਕਣ ਤੇ ਸਾਨੂੰ ਗੁਰੂ ਸਾਹਿਬ ਦੇ ਇਤਿਹਾਸ ਬਾਰੇ ਪਤਾ ਲੱਗ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਵਿੱਚ। ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ, ਤੰਦਰੁਸਤ ਹੋਵੋਗੇ। ਅੱਜ ਅਸੀਂ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਨਾਨਕਾ ਪਿੰਡ ਦੀ, ਮਤਲਬ ਧੰਨ ਮਾਤਾ ਗੁਜਰ ਕੌਰ ਜੀਆਂ ਦੇ ਪੇਕੇ ਘਰ ਦੇ ਤੁਸੀਂ ਦਰਸ਼ਨ ਕਰ ਰਹੇ ਹੋ। ਗੁਰਦੁਆਰਾ ਸਾਹਿਬ ਦਾ ਨਾਮ ਹੈ ਸ਼੍ਰੀ ਲਖਨੌਰ ਸਾਹਿਬ। ਅੰਬਾਲਾ ਤੋਂ ਤਕਰੀਬਨ 10-15 ਕਿਲੋਮੀਟਰ ਦੀ ਦੂਰੀ ਤੇ ਇਹ ਪਾਵਨ ਪਵਿੱਤਰ ਅਸਥਾਨ ਹੈ। ਪਿੰਡ ਦਾ ਨਾਮ ਵੀ ਲਖਨੌਰ ਹੈ, ਇਹ ਕੋਈ ਆਮ ਅਸਥਾਨ ਨਹੀਂ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ 4 ਸਾਲ ਦੀ ਉਮਰ ਵਿੱਚ ਇਸ ਪਾਵਨ ਪਵਿੱਤਰ ਅਸਥਾਨ ਤੇ ਆਉਂਦੇ ਆ ਤੇ ਤਕਰੀਬਨ 6 ਮਹੀਨੇ ਸਤਿਗੁਰੂ ਜੀ ਇਸ ਅਸਥਾਨ ਨੂੰ ਭਾਗ ਲਾਉਂਦੇ ਆ, ਸੰਗਤਾਂ ਦਾ ਭਲਾ ਕਰਦੇ ਆ। ਇਸੇ ਹੀ ਜਗ੍ਹਾ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਹਿਲੀ ਵਾਰ ਦਸਤਾਰ ਸਜਾਈ ਸੀ ਅਤੇ ਇਸੇ ਹੀ ਜਗ੍ਹਾ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਮਾਮਾ ਜੀ ਮਾਮਾ ਕਿਰਪਾਲ ਚੰਦ ਜੀ ਸਤਿਗੁਰ ਜੀਆਂ ਨੂੰ ਸ਼ਾਸਤਰ ਵਿੱਦਿਆ ਦੀ ਸਿੱਖਿਆ ਦਿਆ ਕਰਦੇ ਸਨ। ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ, ਕੀ ਹੈ ਇੱਥੋਂ ਦਾ ਇਤਿਹਾਸ ਤੁਹਾਨੂੰ ਸਰਵਣ ਕਰਾਉਂਦੇ ਹਾਂ। ਆਪ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ, ਬਹੁਤ ਸੋਹਣਾ ਗੁਰਦੁਆਰਾ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਯਾਦ ਵਿੱਚ ਬਣਿਆ ਹੋਇਆ ਹੈ। ਪੂਰਬ ਦੀ ਯਾਤਰਾ ਸਮਾਪਤ ਕਰਦੇ ਹੋਏ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜਿਸ ਵੇਲੇ ਪੰਜਾਬ ਨੂੰ ਵਾਪਸ ਆਉਣ ਲੱਗੇ ਤੇ ਸਤਿਗੁਰ ਜੀਆਂ ਨੇ ਪਟਨਾ ਸ਼ਹਿਰ ਨੂੰ ਹੁਕਮਨਾਮਾ ਭੇਜਿਆ। ਪਟਨੇ ਸ਼ਹਿਰ ਵਿੱਚ ਧੰਨ ਗੁਰੂ ਗੋਬਿੰਦ ਰਾਏ ਮਹਾਰਾਜ ਜੀਆਂ ਦਾ ਪ੍ਰਕਾਸ਼ ਹੁੰਦਾ ਹੈ, ਮਾਤਾ ਗੁਜਰ ਕੌਰ ਜੀ ਵੀ ਉੱਥੇ ਰਹਿੰਦੇ ਹਨ, ਮਾਤਾ ਨਾਨਕੀ ਜੀ ਵੀ ਉੱਥੇ ਰਹਿੰਦੇ ਹਨ, ਮਾਮਾ ਕਿਰਪਾਲ ਚੰਦ ਜੀ ਵੀ ਉੱਥੇ ਰਹਿੰਦੇ ਆ। ਗੁਰੂ ਜੀ ਨੇ ਹੁਕਮਨਾਮੇ ਵਿੱਚ ਲਿਖਿਆ, ਤੁਸੀਂ ਲਖਨੌਰ ਸ਼ਹਿਰ ਪਹੁੰਚੋ। ਪਟਨਾ ਸ਼ਹਿਰ ਦੀ ਧਰਤੀ ਤੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ, ਮਾਮਾ ਕਿਰਪਾਲ ਚੰਦ ਜੀ ਅਤੇ ਹੋਰ ਅਨੇਕਾਂ ਸਿੱਖ ਪਟਨਾ ਸ਼ਹਿਰ ਤੋਂ ਇਸ ਪਾਵਨ ਪਵਿੱਤਰ ਅਸਥਾਨ ਲਖਨੌਰ ਸਾਹਿਬ ਪਹੁੰਚਦੇ ਆ। ਉਧਰੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਵੀ ਇਸ ਲਖਨੌਰ ਸ਼ਹਿਰ ਪਹੁੰਚਦੇ ਆ। 4 ਸਾਲ ਦੀ ਉਮਰ ਵਿੱਚ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਰਾਏ ਮਹਾਰਾਜ ਨੂੰ ਇਸ ਪਾਵਨ ਪਵਿੱਤਰ ਅਸਥਾਨ ਤੇ ਸੰਗਤ ਜੀ ਮਿਲਦੇ ਆ। ਇਸ ਪਿੰਡ ਵਿੱਚ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਅਤੇ ਸਤਿਗੁਰੂ ਜੀ ਦਾ ਪੂਰਾ ਪਰਿਵਾਰ ਇਸ ਕਰਕੇ ਰੁਕਿਆ ਕਿਉਂਕਿ ਇਹ ਮਾਤਾ ਗੁਜਰੀ ਜੀ ਦਾ ਪੇਕਾ ਪਿੰਡ ਸੀ। ਮਾਤਾ ਜੀ ਦਾ ਪੇਕਾ ਪਰਿਵਾਰ ਇਸ ਪਿੰਡ ਵਿੱਚ ਰਹਿੰਦਾ ਸੀ। ਉਸ ਵੇਲੇ ਪੰਜਾਬ ਦੇ ਹਾਲਾਤ ਕੁਝ ਠੀਕ ਨਹੀਂ ਸਨ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਆਪਣੇ ਪਰਿਵਾਰ ਨੂੰ ਇੱਥੇ ਛੱਡ ਕੇ ਆਪ ਸ਼੍ਰੀ ਆਨੰਦਪੁਰ ਸਾਹਿਬ ਪਹੁੰਚ ਗਏ ਅਤੇ ਹੁਕਮ ਕੀਤਾ, ਜਦੋਂ ਮੈਂ ਤੁਹਾਨੂੰ ਸੁਨੇਹਾ ਭੇਜਾਂਗਾ ਫਿਰ ਤੁਸੀਂ ਆਉਣਾ। ਆਓ ਹੁਣ ਮਾਤਾ ਜੀ ਅਤੇ ਗੁਰੂ ਜੀ ਦੀਆਂ ਨਿਸ਼ਾਨੀਆਂ ਦੇ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ। ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ 10ਵੇਂ ਪਾਤਸ਼ਾਹ ਜੀ ਦੀ ਢਾਲ ਦੇ। ਬਚਪਨ ਵਿੱਚ ਇਹ ਢਾਲ ਸਤਿਗੁਰ ਜੀ ਵਰਤਦੇ ਸਨ, ਨਾਲ ਹੀ 2 ਪ੍ਰਾਂਤਾਂ ਪਈਆਂ ਹਨ। ਇਹ ਪ੍ਰਾਂਤਾਂ ਮਾਤਾ ਗੁਜਰੀ ਜੀ ਦੀਆਂ ਹਨ। ਇਹਨਾਂ ਪ੍ਰਾਂਤਾਂ ਵਿੱਚ ਮਾਤਾ ਗੁਜਰੀ ਜੀ ਆਟਾ ਗੁੰਨਦੇ ਸਨ, ਲੱਕੜ ਦੀਆਂ ਪ੍ਰਾਂਤਾਂ ਹਨ ਜੀ। ਆਓ ਹੁਣ ਅੱਗੇ, ਇਹ 2 ਪਾਵੇ ਮੰਜੇ ਦੇ ਪਏ ਹਨ।
ਇਸ ਪਾਵਨ ਪਵਿੱਤਰ ਅਸਥਾਨ ਤੇ 3 ਮੰਜੇ ਸਨ, ਜਿਨ੍ਹਾਂ ਚੋਂ 2 ਮੰਜੇ ਇਸ ਟਾਈਮ ਹਨ ਤੇ 1 ਮੰਜਾ ਟੁੱਟ ਗਿਆ ਸੀ। ਇਹ ਉਹ ਟੁੱਟੇ ਹੋਏ ਮੰਜੇ ਦੇ 2 ਪਾਵੇ ਸਾਂਭ ਕੇ ਰੱਖੇ ਹੋਏ ਹਨ। ਨਾਲ ਹੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ 2 ਤੀਰ ਪਏ ਹਨ ਤੇ ਸਤਿਗੁਰੂ ਜੀ ਦੀਆਂ 2 ਕਟਾਰਾਂ ਪਈਆਂ ਹਨ। ਇਹ ਛੋਟੇ ਛੋਟੇ ਤੀਰਾਂ ਦੇ ਨਾਲ ਬਚਪਨ ਵਿੱਚ ਸਤਿਗੁਰੂ ਜੀ ਚੋਜ ਕਰਿਆ ਕਰਦੇ ਸਨ ਤੇ ਜੋ 2 ਕਟਾਰਾਂ ਦੇ ਤੁਸੀਂ ਦਰਸ਼ਨ ਕੀਤੇ ਹਨ, ਇਤਿਹਾਸ ਵਿੱਚ ਲਿਖਿਆ ਆਉਂਦਾ ਹੈ ਇਹ ਕਟਾਰਾਂ ਜਦੋਂ ਦੂਜੀ ਵਾਰ ਸਤਿਗੁਰੂ ਜੀ ਇਸ ਅਸਥਾਨ ਤੇ ਆਉਂਦੇ ਆ ਤੇ ਦੂਜੀ ਵਾਰ ਸਤਿਗੁਰੂ ਜੀ ਦੀਆਂ ਇਹ 2 ਕਟਾਰਾਂ ਸਾਂਭੀਆਂ ਹੋਈਆਂ ਹਨ। ਤੇ ਆਓ ਹੁਣ ਸੰਗਤ ਜੀ ਤੁਹਾਨੂੰ ਦਰਸ਼ਨ ਕਰਾਉਂਦੇ ਆ ਦਸਮ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੱਥਾਂ ਦਾ ਲਿਖਿਆ ਹੋਇਆ ਹੁਕਮਨਾਮਾ ਸਾਹਿਬ। ਆਓ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਫਰੇਮ ਵਿੱਚ ਜੜਾ ਕੇ ਰੱਖਿਆ ਹੋਇਆ ਜੋ ਸਤਿਗੁਰੂ ਜੀਆਂ ਨੇ ਆਪਣੇ ਹੱਥਾਂ ਦੇ ਨਾਲ ਹੁਕਮਨਾਮਾ ਸਾਹਿਬ ਲਿਖਿਆ ਹੋਇਆ ਹੈ। ਆਪ ਜੀ ਜ਼ਰੂਰ ਇਹਨਾਂ ਅਸਥਾਨਾਂ ਤੇ ਆ ਕੇ ਸਤਿਗੁਰੂ ਜੀ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰਿਓ ਅਤੇ ਆਪਣੇ ਬੱਚਿਆਂ ਨੂੰ ਵੀ ਦਰਸ਼ਨ ਕਰਾਇਓ, ਕਿਉਂਕਿ ਆਪਾਂ ਤੜਫਦੇ ਹਾਂ ਵੀ ਨਨਕਾਣਾ ਸਾਹਿਬ ਕਦੋਂ ਜਾਈਏ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਘਰ ਦੇ ਦਰਸ਼ਨ ਕਰੀਏ। ਪਰ ਇਹ ਅਸਥਾਨ ਤਾਂ ਆਪਣੇ ਕੋਲ ਹਨ, ਜ਼ਰੂਰ ਸਾਨੂੰ ਇਹਨਾਂ ਅਸਥਾਨਾਂ ਦੇ ਦਰਸ਼ਨ ਕਰਨੇ ਚਾਹੀਦੇ ਹਨ। ਦੇਖੋ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਸਾਹਿਬ ਦੀਆਂ ਵਸਤੂਆਂ ਨੂੰ ਕਿਵੇਂ ਸਾਂਭ ਕੇ ਰੱਖਿਆ ਹੋਇਆ ਹੈ। ਆਓ ਹੁਣ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਧੰਨ ਮਾਤਾ ਗੁਜਰ ਕੌਰ ਜੀਆਂ ਦਾ ਪਲੰਘ ਅਤੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਲੰਘ, ਜਿਹੜੇ ਪਲੰਘ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਪਨ ਦੀ ਉਮਰ ਵਿੱਚ ਆਰਾਮ ਕਰਿਆ ਕਰਦੇ ਸਨ। ਜਿਸ ਵੇਲੇ ਪਰਿਵਾਰ ਪਟਨਾ ਸ਼ਹਿਰ ਤੋਂ ਤੁਰਦਾ ਹੈ ਤਾਂ ਉੱਥੋਂ ਦੀਆਂ ਸੰਗਤਾਂ ਨੇ ਸਤਿਗੁਰੂ ਜੀਆਂ ਵਾਸਤੇ ਅਤੇ ਮਾਤਾ ਜੀ ਵਾਸਤੇ ਇਹ ਸੋਹਣੇ ਪਲੰਘ ਤਿਆਰ ਕਰਵਾ ਕੇ ਦਿੱਤੇ ਸਨ। ਇਹ ਦੋਵੇਂ ਪਲੰਘ ਪਟਨਾ ਸ਼ਹਿਰ ਤੋਂ ਨਾਲ ਹੀ ਮਾਤਾ ਜੀ ਲੈ ਕੇ ਆਏ ਸਨ। ਅਸੀਂ ਸੇਵਾਦਾਰ ਵੀਰ ਨੂੰ ਬੇਨਤੀ ਕੀਤੀ ਵੀ ਇਹ ਸਾਨੂੰ ਪਲੰਘ ਦੇ ਹੇਠਾਂ ਤੋਂ ਦਰਸ਼ਨ ਕਰਾਏ ਜਾਣ। ਵੀਰ ਜੀ ਨੇ ਬਸਤਰ ਉਠਾ ਕੇ ਸਾਨੂੰ ਦੋਵੇਂ ਪਲੰਘਾਂ ਦੇ ਦਰਸ਼ਨ ਕਰਾਏ। ਆਓ ਤੁਸੀਂ ਵੀ ਦਰਸ਼ਨ ਕਰੋ। ਆ ਜੋ ਸਾਹਮਣੇ ਤੁਸੀਂ ਪਲੰਘ ਵੇਖ ਰਹੇ ਹੋ ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਲੰਘ ਹੈ। ਸੰਗਤ ਜੀ ਉਸੇ ਤਰ੍ਹਾਂ ਹੀ ਹੈ, ਇਹ ਬਾਣ ਵੀ ਤੁਸੀਂ ਵੇਖ ਰਹੇ ਹੋ ਇਹ ਵੀ ਉਸੇ ਸਮੇਂ ਦਾ ਬਾਣ ਹੈ, ਦੁਬਾਰਾ ਨਹੀਂ ਬੁਣਿਆ ਹੋਇਆ। ਇਸ ਪਲੰਘ ਦੀ ਇੱਕ ਹੋਰ ਖਾਸੀਅਤ ਹੈ ਇਹ ਪਲੰਘ ਫੋਲਡ ਹੋ ਜਾਂਦਾ ਜੀ। ਅੱਜ ਕੱਲ੍ਹ ਅਸੀਂ ਵੇਖਦੇ ਹਾਂ ਵੀ ਬੈੱਡ ਫੋਲਡ ਹੁੰਦੇ, ਸੋਫੇ ਫੋਲਡ ਹੁੰਦੇ, ਪਰ ਉਹ ਸਮੇਂ ਵਿੱਚ ਵੇਖੋ ਗੁਰੂ ਸਾਹਿਬ ਨੂੰ ਸਿੱਖ ਕਿੰਨਾ ਪਿਆਰ ਕਰਦੇ ਸਨ, ਗੁਰੂ ਸਾਹਿਬ ਜੀ ਵਾਸਤੇ ਕਿੰਨਾ ਸੋਹਣਾ ਪਲੰਘ ਤਿਆਰ ਕੀਤਾ ਗਿਆ ਜਿਹੜਾ ਪਲੰਘ ਫੋਲਡ ਵੀ ਹੋ ਜਾਂਦਾ ਸੀ। ਅਖਰੋਟ ਦੀ ਲੱਕੜ ਦਾ ਬਣਿਆ ਹੋਇਆ ਇਹ ਪਲੰਘ ਹੈ ਤੇ ਇਸ ਪਲੰਘ ਦੇ ਨਾਲ ਆ ਪਲੰਘ ਧੰਨ ਮਾਤਾ ਗੁਜਰ ਕੌਰ ਜੀਆਂ ਦਾ ਹੈ। ਸੇਵਾਦਾਰ ਵੀਰ ਦਾ ਧੰਨਵਾਦ ਕਰਕੇ ਅਸੀਂ ਹੁਣ ਜਾ ਰਹੇ ਹਾਂ ਜੀ ਮਾਤਾ ਗੁਜਰ ਕੌਰ ਜੀ ਦੀ ਖੂਹੀ ਵੱਲ। ਆਓ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਹਾਂ ਇਹ ਇਤਿਹਾਸਕ ਖੂਹੀ ਧੰਨ ਮਾਤਾ ਗੁਜਰ ਕੌਰ ਜੀਆਂ ਨੇ ਆਪਣੇ ਹੱਥੀਂ ਤਿਆਰ ਕਰਵਾਈ ਸੀ। ਜਿਸ ਵੇਲੇ ਪਟਨਾ ਸ਼ਹਿਰ ਤੋਂ ਮਾਤਾ ਜੀ ਇਸ ਪਾਵਨ ਪਵਿੱਤਰ ਅਸਥਾਨ ਤੇ ਆਉਂਦੇ ਹਨ, ਇਸ ਪਿੰਡ ਦੀਆਂ ਔਰਤਾਂ ਨੇ ਮਾਤਾ ਜੀ ਦੇ ਕੋਲ ਆ ਕੇ ਆਖਿਆ, ਮਾਤਾ ਜੀ ਸਾਡੇ ਪਿੰਡ ਦਾ ਪਾਣੀ ਖਾਰਾ ਹੈ। ਔਰਤਾਂ ਦੇ ਕਹਿਣ ਤੇ ਧੰਨ ਮਾਤਾ ਗੁਜਰ ਕੌਰ ਜੀਆਂ ਨੇ ਇੱਥੇ ਇੱਕ ਖੂਹੀ ਲਵਾਈ ਸੀ। ਸਭ ਤੋਂ ਪਹਿਲਾਂ ਇਸ ਖੂਹੀ ਦਾ ਜਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਛਕਾਇਆ ਗਿਆ। ਮਾਤਾ ਜੀ ਨੇ ਆਖਿਆ ਇਹ ਪਾਣੀ ਮਿੱਠਾ ਵੀ ਹੋਏਗਾ ਤੇ ਠੰਡਾ ਵੀ ਰਹੇਗਾ। ਤੇ ਸੰਗਤ ਜੀ ਅੱਜ ਜਦੋਂ ਅਸੀਂ ਜਾ ਕੇ ਦਰਸ਼ਨ ਕੀਤੇ ਤੇ ਇਸ ਖੂਹੀ ਦਾ ਜਲ ਛਕਿਆ, ਇਸ ਖੂਹੀ ਦਾ ਜਲ ਅੱਜ ਵੀ ਬਹੁਤ ਮਿੱਠਾ ਹੈ ਤੇ ਬਹੁਤ ਹੀ ਠੰਡਾ ਹੈ। ਅੱਜ ਵੀ ਇਸ ਪਿੰਡ ਦੀਆਂ ਕਈ ਸੰਗਤਾਂ ਇਸ ਖੂਹੀ ਦਾ ਹੀ ਜਲ ਵਰਤਦੀਆਂ ਹਨ। ਹੈਰਾਨੀ ਵਾਲੀ ਗੱਲ ਇਹ ਹੈ ਆਪਣੇ ਪੰਜਾਬ ਦੇ ਪਾਣੀ ਦਾ ਪੱਧਰ ਕਿੰਨਾ ਨੀਵਾਂ ਹੋ ਗਿਆ, ਪਰ ਜਦੋਂ ਇਸ ਖੂਹੀ ਦੇ ਅਸੀਂ ਦਰਸ਼ਨ ਕੀਤੇ ਇਸ ਖੂਹੀ ਦਾ ਪਾਣੀ ਅੱਜ ਵੀ ਬਹੁਤ ਉੱਚਾ ਹੈ। ਰੱਸੇ ਦੇ ਨਾਲ ਬਾਲਟੀ ਬੰਨ ਕੇ ਥੱਲੇ ਸੁੱਟੀ ਜਾਂਦੀ ਹੈ ਤੇ ਖਿੱਚ ਕੇ ਪਾਣੀ ਨਿਕਲ ਜਾਂਦਾ ਹੈ। ਇਸ ਖੂਹ ਦੇ ਉੱਪਰ ਬੇਸ਼ੱਕ ਤੁਹਾਨੂੰ ਇਹ ਮੋਟੀਆਂ ਇੱਟਾਂ ਲੱਗੀਆਂ ਵਿਖਦੀਆਂ ਹੋਣਗੀਆਂ, ਪਰ ਸੰਗਤ ਜੀ ਥੇ ਹੇਠਾਂ ਆਪਾਂ ਧਿਆਨ ਦੇ ਨਾਲ ਵੇਖੀਏ ਤਾਂ ਹੇਠਾਂ ਨਾਨਕਸ਼ਾਹੀ ਇੱਟ ਲੱਗੀ ਹੋਈ ਆ। ਸੋ ਇਹ ਅਸੀਂ ਅੱਜ ਆਪ ਜੀ ਨੂੰ ਦਰਸ਼ਨ ਕਰਾਏ ਹਨ ਗੁਰਦੁਆਰਾ ਸ਼੍ਰੀ ਲਖਨੌਰ ਸਾਹਿਬ ਦੇ।
ਇਸ ਬਲੌਗ ਦੀ ਇੱਥੇ ਹੀ ਸਮਾਪਤੀ ਹੈ। ਜੇ ਤੁਹਾਨੂੰ ਬਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ। ਕਿਸ ਸ਼ਹਿਰ ਤੋਂ ਤੁਸੀਂ ਸਾਡੀ ਵੀਡੀਓ ਵੇਖ ਰਹੇ ਹੋ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਜੀ। ਜਲਦ ਮਿਲਦੇ ਹਾਂ ਅਗਲੇ ਬਲੌਗ ਵਿੱਚ, ਇੱਥੇ ਹੀ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।